ਨੂੰ ਮਦਫਨ ਫਰਮਾ ਲਿਆ ਔਰ ਮਦਫਨ ਫਰਮਾਣ ਦੇ ਬਾਅਦ ਨਾ ਗਲੀਆਂ ਦੇ ਵਿੱਚ ਟੁਰੇ ਤੇ ਕਾਫਰਾਂ ਦੀਆਂ ਲੰਮੀਆਂ ਜ਼ਬਾਨਾਂ ਹਨ ਅਚਰਬ ਜ਼ਬਾਨੀ ਆਈ ਲੰਮੀਆਂ ਜ਼ਬਾਨਾਂ ਨੇ ਨਾ ਜ਼ਬਾਨਾਂ ਇਸਤੇਮਾਲ ਕਰਨੀਆਂ ਸ਼ੁਰੂ ਕੀਤੀਆਂ ਇਹਨਾਂ ਕਿ ਮੁਸਤਫਾ ਅਬਤਰ ਹੋ ਗਿਆ ਨਕਲੇ ਕੁਫਰ ਕੁਫਰ ਨਾ ਬਾਸ਼ਦ ਮੁਸਤਫਾ ਦੀ ਨਸਲ ਖਤਮ ਹੋ ਗਈ ਪੈਗੰਬਰ ਇਸਲਾਮ ਪਰੇਸ਼ਾਨ ਹੋ ਕੇ ਮਗਮੂਮ ਹੋ ਕੇ ਰਾਤ ਬਿਸਤਰ ਤੇ ਆ ਕੇ ਲੇਟੇ ਨੀਂਦਰ ਕੋਈ ਨਾ ਪਿਆਵੇ ਬਸ ਅੱਖੀ ਨੂਟੀਆਂ ਹੋਈਆਂ ਤੇ ਕਰਵਟਾਂ ਦਾ ਸਿਲਸਿਲਾ ਜਾਰੀ ਆਈ ਰਾਤ ਦਾ ਵਕਤ ਆਈ ਇਸ ਖਾਨਦਾਨ ਦਾ ਖਾਨਦਾਨੀ ਨੌਕਰ ਜਿਸ ਨੂੰ ਹਜ਼ਰਤ ਜਿਬਰਾਈਲ ਆਦੇ ਤੁਹਾਡੀ ਵਜ੍ਹਾ ਤੋਂ ਜਲਦੀ ਪਿਆ ਕਰਦਾ ਜਿਸ ਨੂੰ ਹਜ਼ਰਤ ਜਿਬਰਾਈਲ ਆਦੇ ਨੇ ਇੱਕ ਹੱਥ ਨਾਲ ਉਬਾਸੀ ਲੈ ਦੂਜੇ ਨਾਲ ਦਾਦ ਵੀ ਦੇ ਯਾਰ ਜਿਸ ਨੂੰ ਹਜ਼ਰਤ ਜਿਬਰਾਈਲ ਆਦੇ ਉਸ ਆ ਕੇ ਆਪਣੇ ਕਾਫੂਰੀ ਰੁਖਸਾਰ ਮੁਸਤਫਾ ਦੇ ਪੈਰਾਂ ਦੀਆਂ ਤਲੀਆਂ ਦੇ ਨਾਲ ਮਸ ਫਰਮਾਏ ਨੂਰ ਨੂੰ ਨੂਰ ਦੀ ਠੰਡਕ ਮਹਿਸੂਸ ਹੋਈ ਮੁਸਤਫਾ ਦੀ ਅੱਖ ਖੁੱਲੀ ਭਾਈ ਜਿਬਰੀਲੇ ਜੀ ਮਾਲਕ ਮੈਂ ਆਇਆ ਖਲੋਤਾ ਕਿਵੇਂ ਆਇਆ ਆਪ ਨਹੀਂ ਆਇਆ ਅੱਲਾ ਗਲਿਆ ਅੱਲਾ ਕਿਹਾ ਮੇਰੇ ਦੀਨ ਦੀ ਤਬਲੀਗ ਦੇ ਵਿੱਚ ਮੁਬੱਲਗ ਇਸਲਾਮ ਇਤਨਾ ਮਸਰੂਫ ਹੋ ਗਿਆ ਹੈ ਜੋ ਉਸ ਨੂੰ ਅਸਲੀ ਜਾਗੀਰ ਭੁੱਲ ਗਈ ਹੈ ਉਸਨੂੰ ਅਸਲੀ ਜਾਗੀਰ ਭੁੱਲ ਗਈ ਏ ਜਿਸ ਬੰਦੇ ਦਾ ਹੱਥ ਉੱਠ ਸਕਦਾ ਏ ਤੇ ਜਾਣ ਬੋਲ ਕੇ ਨਾ ਚਾਵੇ ਉਹ ਸਰ ਦੇ ਦਿਨ ਦਾ ਹੱਕ ਰੱਖਿਆ ਅਸਲੀ ਜਾਗੀਰ ਭੁੱਲ ਗਈ ਏ ਰਾਤ ਦਾ ਵਕਤ ਆਈ ਮੁਸਤਫਾ ਟੁਰ ਪਏ ਨਾਲ ਸਵਾਰੀ ਆਈ ਨਾਲ ਜਿਬਰਾਈਲ ਆਈ ਇੱਕ ਜਾ ਤੇ ਆ ਕੇ ਜਿਬਰਾਈਲ ਰੁਕ ਗਿਆ ਨਲੈਨੇ ਮੁਸਤਫਾ ਨਾ ਰੁਕੀ ਨਲੈਨੇ ਮੁਸਤਫਾ ਨਾ ਰੁਕੀ ਨਲੈਨੇ ਮੁਸਤਫਾ ਨਾ ਰੁਕੀ ਅੱਜ ਤੱਕ ਬੰਦੇ ਇਸ ਹਕੀਕਤ ਨੂੰ ਨਹੀਂ ਪਾ ਸਕੇ ਕਿ ਮੁਸਤਫਾ ਦੇ ਨਾਲ ਮੁਸਤਫਾ ਦੀ ਨਲੈਨ ਕਿਉਂ ਲੱਗੀ ਗਈ ਏ ਇਹ ਮੁਸਤਫਾ ਖੁਦ ਨਾ ਬਿਆਨ ਕਰਦੇ ਤੇ ਜ਼ਮਾਨੇ ਨੇ ਪਤਾ ਨਹੀਂ ਲੱਗਦਾ ਜੁਮੇ ਦਾ ਰੋਜ਼ ਆਈ ਔਰ ਖੁਦ ਮੁਸਤਫਾ ਮਿੰਬਰ ਤੇ ਆਣ ਔਰ ਮੁਸਤਫਾ ਆਪਣਾ ਮਿਰਾਜ ਪੜਨਾ ਸ਼ੁਰੂ ਕੀਤਾ ਸੁਭਾਨ ਅੱਲਾਜ਼ੀ ਅਸਰਾ ਬੇ ਅਬਦਹੀ ਦੀ ਆਇਤ ਦੇ ਉਨਵਾਨ ਨਾਲ ਮੁਸਤਫਾ ਫਰਮਾਇਆ ਉਹ ਵਕਤ ਬੜਾ ਹੀ ਹਸੀਨ ਆਈ ਆਪਦੇ ਅਸਹਾਬ ਪੁੱਛਿਆ ਕਿਹੜਾ ਵਕਤ ਨਬੀ ਫਰਮਾਇਆ ਉਹ ਵਕਤ ਜਦੋਂ ਆਦਮ ਥੱਲੇ ਮੇਰੀ ਜੁੱਤੀ ਉੱਤੇ ਨੂਹ ਥੱਲੇ ਮੇਰੀ ਜੁੱਤੀ ਉੱਤੇ ਈਸਾ ਥੱਲੇ ਮੇਰੀ ਜੁੱਤੀ ਉੱਤੇ ਰੁਕਦਾ ਨਹੀਂ ਬਸ ਪੜਦਾ ਮੂਸਾ ਥੱਲੇ ਮੇਰੀ ਜੁੱਤੀ ਉੱਤੇ ਸ਼ਜਰਾ ਤੋਂ ਲੰਬੀਆ ਹੋਣ ਦੇ ਬਾਵਜੂਦ ਇਬਰਾਹੀਮ ਥੱਲੇ ਮੇਰੀ ਜੁੱਤੀ ਉੱਤੇ ਖਿਜ਼ਰ ਥੱਲੇ ਮੇਰੀ ਜੁੱਤੀ ਉੱਤੇ ਅਲੀਆਸ ਥੱਲੇ ਮੇਰੀ ਜੁੱਤੀ ਉੱਤੇ ਅਦਰੀਸ ਥੱਲੇ ਮੇਰੀ ਜੁੱਤੀ ਉੱਤੇ ਬੰਦਾ ਅਰਬੀ ਉੱਠ ਬੈਠਾ ਸਾ ਗਿਆ ਹੈ ਸੁਲਤਾਨੇ ਕਾਇਨਾਤ ਇਹ ਤੇਰੀ ਚਮੜੇ ਦੀ ਜੁੱਤੀ ਆਖਰ ਕਿਤਨ ਤਾਈਂ ਲੱਗੀ ਗਈ ਏ ਨਬੀ ਫਰਮਾਇਆ ਜਦੋਂ ਮੈਂ ਪਰਦਾ ਅਹਦੀਅਤ ਦੇ ਬਿਲਕੁਲ ਕਰੀਬ ਪਿਆ ਹੁੰਦਾ ਹਾਈ ਮੈਂ ਨੀਵਾ ਹੋਇਆ ਜੋ ਜੁੱਤੀ ਦੇ ਤਸਮੇ ਢਿੱਲੇ ਕਰਾਂ ਜੁੱਤੀ ਲਾਵਾਂ ਤੇ ਅਰਸ਼ ਤੇ ਜਾਵਾਂ ਪਰਦੇ 'ਚ ਹਰਕਤ ਪੈਦਾ ਹੋਈ ਤੇ ਅੱਲਾਹ ਆਖਿਆ ਜੁੱਤੀਆਂ ਲਾਣ ਦੀ ਤੈਨ ਲੋੜ ਕੋਈ ਨਹੀਂ ਪੂਰਾ ਜੁੱਤੀਆਂ ਸਮੇਤ ਲਗਾ ਤੇਰੀ ਜੁੱਤੀ ਨਾਲ ਇਮਰਾਨ ਦੇ ਵੇੜੇ ਦੀ ਖਾਕ ਲੱਗੀ ਹੋਈ ਹੈ ਜੁੱਤੀ ਨਾਲ ਇਮਰਾਨ ਦੇ ਵੇੜੇ ਦੀ ਇਹਦੀ ਸੁਣੋ ਤੇ ਮੈਂ ਅਗਲਾ ਜੁਮਲਾ ਵੀ ਜਲਦੀ ਪੜ੍ਹ ਦੇ ਜਲਦੀ ਪੜ੍ਹ ਦੇ ਨਾ ਤਵੱਜੋ ਤਵੱਜੋ ਆਖੇ ਬਗੈਰ ਤੁਹਾਡੀ ਸਮਾਧ ਤੇ ਭਰੋਸਾ ਰੱਖ ਹੈ ਅੱਛਾ ਜੀ ਇਮਰਾਨ ਦੇ ਵੇੜੇ ਦੀ ਇਮਰਾਨ ਦੇ ਵੇੜੇ ਦੀ ਜੀ ਜੀ ਇਮਰਾਨ ਦੇ ਵੇੜੇ ਦੀ ਫਰੰਟ ਵਾਲੇ ਦੋਸਤਾਂ ਤੁਹਾਡੇ ਤੇ ਜੀ ਮੈਂ ਨੌਕਰੀ ਕਰ ਸਰਕਾਰ ਇਮਰਾਨ ਦੇ ਵੇੜੇ ਦੀ ਅਲੀ ਅਲੀ ਯਾ ਅਲੀ ਬਾਤ ਜਬ ਹਾਲ ਜਨਾ ਗੌਰ ਫਰਮਾ ਰਹੇ ਇਮਰਾਨ ਦੇ ਵਿਹੜੇ ਦੀ ਖਾਕ ਲੱਗੀ ਹੋਈ ਜਬਰਾਈਲ ਰੁਕ ਗਏ ਔਰ ਮੁਸਤਫਾ ਚੱਲਣਾ ਸ਼ੁਰੂ ਕੀਤਾ ਮਿਰਾਜ ਨਹੀਂ ਪੜੂ ਮਿਰਾਜ ਕਦੀ ਵੱਧ ਪੜਸਾਂ ਇੱਕ ਜੁਮਲਾ ਪੜੂਆਂ ਔਰ ਅੱਗੇ ਲੈ ਚੱਲਾਂ ਨਤੀਜੇ ਤੋਂ ਅੱਗੋਂ ਲਹਿਰਾਂ ਦਾ ਸਮੁੰਦਰ ਸ਼ੁਰੂ ਹੋ ਗਿਆ ਜਬਰੀਲ ਰੁਕ ਗਏ ਲਹਿਰਾਂ ਦਾ ਸਮੁੰਦਰ ਸ਼ੁਰੂ ਹੋ ਗਿਆ ਔਰ ਲਹਿਰਾਂ 'ਚੋਂ ਆਵਾਜ਼ ਆਈ ਸੱਲੇ ਅਲਾ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਸੱਲੇ ਅਲਾ ਆਪਣੇ ਆਪ ਨੂੰ
ਸਾਡੇ ਮੈਂ ਤਫਸੀਰੇ ਕੁਰਾਨ ਖਲਾ ਪੜਦਾ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਮੁਸਤਫਾ ਲਹਿਰਾਂ ਦੇ ਵਿੱਚ ਲੇਟ ਗਏ ਔਰ ਲਹਿਰਾਂ ਸੱਲੇ ਅਲਾ ਪੜਦੀਆਂ ਗਈਆਂ ਕਰਵਟਾਂ ਤਬਦੀਲ ਕਰਦੀਆਂ ਗਈਆਂ ਸੱਲੇ ਅਲਾ ਪੜਦੀਆਂ ਗਈਆਂ ਕਰਵਟਾਂ ਤਬਦੀਲ ਕਰਦੀਆਂ ਗਈਆਂ ਪਿੱਛੇ ਫਿਰਾਂਦੇ ਹੋ ਸੱਲੇ ਅਲਾ ਪੜਦੀਆਂ ਗਈਆਂ ਕਰਵਟਾਂ ਤਬਦੀਲ ਕਰਦੀਆਂ ਗਈਆਂ ਔਰ ਜਦੋਂ ਮੁਸਤਫਾ ਕਰਵਟ ਤਬਦੀਲ ਕਰਦੇ ਕਰਦੇ ਬਿਲਕੁਲ ਪਰਦਾ ਅਹਦੀਅਤ ਦੇ ਮੁਤਸਿਲ ਹੋ ਗਏ ਤੇ ਉੱਥੇ ਮੁਸਤਫਾ ਕਿਹਾ ਜੋ ਮੈਂ ਰੱਬ ਨੂੰ ਸਜਦੇ ਵਾਸਤੇ ਆਪਣੀ ਅਰਸ਼ ਮਿਜ਼ਾਜ ਪਹਿਚਾਨੀ ਅਰਸ਼ ਦੇ ਫਰਸ਼ ਤੇ ਅਜੇ ਰੱਖੀ ਨਹੀਂ ਜਾਂ ਪਰਦੇ ਦੇ ਵਿੱਚ ਹਰਕਤ ਪੈਦਾ ਹੋਈ ਤੇ ਅੱਲਾ ਫਰਮਾਇਆ ਮੇਰਾ ਹਬੀਬ ਇਹ ਟਕੇ ਟਕੇ ਦੇ ਬੰਦਿਆਂ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਕਿਉਂ ਹੋ ਗਿਆ ਹੈ ਮੇਰਾਜ ਦਾ ਬਹਾਨਾ ਬਣਾ ਕੇ ਮੈਂ ਸਦਿਆ ਤਾਂ ਹੈ ਘਬਰਾ ਨਾ ਹਮਨੇ ਤੁਝੇ ਕੌਸਰ ਅਤਾ ਕੀਆ या वली हमने तुझे कौसर अता किया अब नमाज भी पढ़ अब कुर्बानी भी कर बेशक तेरा दुश्मन ही अबतर रे लफ्ज़ दो होते ने अरबी ग्रामर और लुगत तू जड़े अबाब वाकिफ ने लफ्ज़ दो होते ने एक लफ्ज़ होंगे इता एक होंगे अता इता अता इता ए हक दे बराबर देना थोड़ी जी तवज्जो होर करो अता ए हक तू ढेर देना इता ए हक दे बराबर देना अता ए हक तू ढेर देना मिसाल कर देना सौखी हो जाए अजी स्पीकर वाले ने बुलाया बे मौला दी मजलस से आए दे नाल 5000 मुक गया शामी ने 5000 दिता ते इता ए एडा लम्मा झूठा ना लै भाइया ए इता है भूख भी है प्यास भी है रोज़ा भी है बाते वक्त भी है हैं थोड़ा जहा वापस आ अच्छा इता है हक दे बराबर देना और अता है हक तू ढेर देना स्पीकर आ दिन शामी 5000 दे भी है ते ए इता है 5000 दे के उदा काम सोहना लगे चंगा लगे उदी हौसला अफजाई वास्ते उत्तों 500 वध दे भी है ए इता नहीं कल पीर पुत्रन अलबाद रवे ए अता है बस बंदे दे सिर ते ना खलोवा जिहड़ा टुक्कर अली दे पुत्रां दी वजह तू पिया खांदा है ते वद दात बचा के घर लै जावे ओ दात ते करंसी ओ खान जी जिहड़ी सिर्फ मजलस ते चलदी है रोड ते चलदी नहीं अगर हाजिर हो ते आना कायनात दी शाही सैयद मुस्तफा दी नलैन ते धर के अल्लाह फरमाया ए इता है बतूल दे के पिया दे लम्मा सजदा कर इता नहीं है मेरी अता बतूल दे के प्यादा इता नहीं बारह मई पढ़ दे प्यादा इता नहीं ए मेरी हाँ जी ए मेरी अता है सुन लिया या वली बात इता नहीं ए मेरी ए मेरी ए मेरी अता है गल सुन बीबी आके आख्या अल्लाह दे नबी मैं मन गई इस वक्त जड़ा वक्त हो चुके है मैं मन गई अल्लाह दे नबी वाकई असी हो रहे वाकई तेरी धी कौसर है सूरा है कौसर तेरी धी वाकई कौसर है मन गया साड़ी खिलकत हो रे साड़ी खिलकत हो रे बतूल थोड़ी जी मदद और करो बतूल मैं गयोस बतूल हो रे हो रे हो रे खिलकत हो रे बतूल हो रे फरमाया अगे ते ना उपेंज हकीकत तस्लीम कर दे हुण किवें मन गयो कि अल्लाह दे नबी जोर दा टाइम है 15 रमजान है रोजे दी हालत है बतूल है मुसल्ले ते बतूल जोहर दी नमाज नीती है ते मैं रुक गई हां जो बतूल दी इबादत वेखा बतूल क्याम है चाहे मैं वेदी रही हां रुकू है चाहे वेदी रही हां सजूद कीते मैं वेदी रही हां बतूल तस्बीह पढ़दी रही है मैं वेदी रही हां अल्लाह दे नबी वेदी ते मैं हुसैन दी मां नु ही रही लेकिन इत्थे हाथ रख के मैं गौर नाल जी दों वेखे मैनूं भी पता नहीं लगा वेंदी बतूल नूं पई आई हाई भी सावे पर्दा भी कोई नहीं कद भी कोई नहीं मैनूं भी पता नहीं लगा जोहर दी नमाज बतूल कलियां पढ़िए असर दी नमाज मां ते पुत्र रल के पढ़दे आण
पुत्रा दी आमद मुसल्ले ते होवे उन शरीयत ते बतूल जिंदाबाद क्या बात है ਦੇ ਪੁੱਤਰਾਂ ਦੀ ਆਮਦ ਮੁਸੱਲੇ ਤੇ ਹੋਵੇ ਉਹਨੂੰ ਸ਼ਰੀਅਤ ਤੇ ਚੜ ਔਰ ਨਬੀ ਚਾਇਆ ਹਾਏ ਮੁਸਤਫਾ ਜ਼ਬਾਨ ਕੱਢੀ ਹਸਨ ਲਬ ਖੋਲੇ ਮੁਸਤਫਾ ਜ਼ਬਾਨ ਮੂੰਹ ਚ ਰੱਖੀ ਹਸਨ ਜ਼ਬਾਨ ਚੂਸੀ ਔਰ ਉਹਦੇ ਬਾਅਦ ਨਬੀ ਸਬਜ਼ ਰੰਗ ਦੇ ਗਿਲਾਫ ਦੇ ਵਿੱਚ ਲਪੇਟ ਕੇ ਨੇ ਇਮਤਿਹਾਨ ਪੂਰੇ ਮਜਮੇ ਤੇ ਤੇਰੀ ਕੋਸ਼ਿਸ਼ ਮਿਹਨਤ ਮੈਂ ਕਰ ਸਕਦਾ ਮੈਂ ਕਰ ਲਈ ਹੁਣ ਤੁਹਾਡੇ ਤੇ ਡੇਰਾ ਹੈ ਤੁਸੀਂ ਕਿਵੇਂ ਅਗਲੀ ਗੱਲ ਦੀ ਤਾਇਦ ਕਰਨੀ ਇਹ ਸਬਜ਼ ਰੰਗ ਦੇ ਖਿਲਾਫ ਦੇ ਵਿੱਚ ਨਵੀ ਮੁਜਤਬਾ ਨੂੰ ਲਪੇਟ ਕੇ ਮਿੰਬਰ ਤੇ ਆ ਬੈਠੇ ਨਬੀ ਮਿੰਬਰ ਤੇ ਆ ਬੈਠੇ ਨਬੀ ਮਿੰਬਰ ਤੇ ਆ ਬੈਠੇ ਮਿੰਬਰ ਤੇ ਆ ਬੈਠੇ ਇੱਥੇ ਨਹੀਂ ਇਹ ਅੱਜ ਦੇ ਦਿਨ ਨਬੀ ਇੱਥੇ ਹਸਨ ਨੂੰ ਬੁਲੰਦ ਕਰਕੇ ਜਿਹੜਾ ਹਾਈ ਕੁੱਲੀ ਰਹਿਮਤ ਅੱਜ ਉਹਦੇ ਚਿਹਰੇ ਤੇ ਜਲਾਲ ਦੀ ਸੁਰਖੀ ਏ ਪੁੱਤਰ ਨੂੰ ਹੱਥਾਂ ਤੇ ਚਾ ਕੇ ਪਿਆ ਦੇ ਕਿਤੇ ਗਏ ਅਰਬ ਦੇ ਉਹ ਬੱਦੂ ਜਿਹੜੇ ਮੈਨ ਅਬਤਰ ਦਾ ਵੇਣਾ ਮਾਰਦੇ ਆ ਕਿਤੇ ਗਏ ਅਰਬ ਦੇ ਉਹ ਬੱਦੂ ਜਿਹੜੇ ਮੈਨ ਅਬਤਰ ਦਾ ਵੇਣਾ ਮਾਰਦੇ ਆ ਇਹ ਵੇਖੋ ਮੇਰਾ ਪੁੱਤਰ ਕਿੱਡਾ ਸੋਹਣਾ ਇਹ ਵੇਖੋ ਮੇਰਾ ਪੁੱਤਰ ਕਿੱਡਾ ਸੋਹਣਾ ਸਾਇਮ ਚਿਸ਼ਤੀ ਸਾਹਿਬ ਫੈਸਲਾਬਾਦ ਦੇ ਹਸਨ ਅਹਿਲ ਸੁਨਨਤ ਹਨ ਹੁਸੈਨੀ ਸੁਨਨੀਆਂ ਮੈਨੂੰ ਉਹਨਾਂ ਦੀ ਇਹ ਰਿਵਾਇਤ ਖਾ ਵੈਂਦੀ ਜਿਹੜੀ ਪੜ੍ਹਦਾ ਪਿਆ ਮੇਰੇ ਹਾਂ ਤੇ ਲੱਗਦੀ ਪਤਾ ਨਹੀਂ ਮੁਰਸ਼ਦ ਕਿਵੇਂ ਮਹਿਸੂਸ ਕਰਦੇ ਜੁਮੇ ਦਾ ਖੁਤਬਾ ਰੋਕ ਕੇ ਖੁਦਾ ਹੁਸੈਨ ਦਾ ਵਾਸਤਾ ਕਦਰ ਫਰਮਾਵੇ ਜੁਮੇ ਦਾ ਖੁਤਬਾ ਰੋਕ ਕੇ ਇਹ ਜ਼ਾਨੂ ਤੇ ਹਸਨ ਨੂੰ ਬੁਲੰਦ ਕਰਕੇ ਇਹ ਜ਼ਾਨੂ ਤੇ ਹੁਸੈਨ ਨੂੰ ਬੁਲੰਦ ਕਰਕੇ ਨਬੀ ਆਦਿਆਂ ਇਨੇ ਪਹਿਚਾਨੀਏ ਹੈ ਅਲੀ ਕੇ ਦਰ ਹਕੀਕਤ ਇਹ ਮੁਹੰਮਦ ਕੇ ਬੇਟੇ ਹੈ ਹੈ ਅਲੀ ਕੇ ਦਰ ਹਕੀਕਤ ਇਹ ਮੁਹੰਮਦ ਕੇ ਬੇਟੇ ਔਰ ਫਿਰ ਇਸ ਜੁਮਲੇ 'ਚ ਪਿਆਰ ਵਿਖਿਆ ਜਿਹੜਾ ਹੁਣ ਪੜੂ ਇਸ ਜੁਮਲੇ 'ਚ ਪਿਆਰ ਵਿਖਿਆ ਇਹ ਚਿਹਰਾ ਏ ਮੁਰਤਜ਼ਾ ਚਿਹਰਾ ਏ ਮੁਰਤਜ਼ਾ ਇਹ ਦੋਵਾਂ ਹੱਥਾਂ 'ਚ ਲੈ ਕੇ ਨਾ ਦੋਵਾਂ ਹੱਥਾਂ 'ਚ ਲੈ ਕੇ ਇੱਥੋਂ 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 ਤੇ ਇੱਥੋਂ ਚੁੰਮ ਕੇ ਨਬੀ ਭਰੀ ਹੋਈ ਮਸਜਿਦ ਦੇ ਚਾਹਦੇ ਹਨ ਯਾ ਅਲੀ ਤੇਰਾ ਸ਼ੁਕਰੀਆ ਆਪਣੀ ਇਸ ਪੰਜਾਬੀ ਚਾਖਾਂ ਜਿਹੜੀ ਸਾਡੇ ਇਲਾਕੇ ਦੀ ਏ ਯਾ ਅਲੀ ਮੈਂ ਤੇਰਾ ਦੇਣ ਨਹੀਂ ਲਾ ਸਕਦਾ ਤੇਰੀ ਵਜ੍ਹਾ ਤੋਂ ਜੱਗ ਤੇ ਮੇਰੀ ਨਸਲ ਬਾਕੀ ਹੈ ਤੇਰੀ ਵਜ੍ਹਾ ਤੋਂ ਜੱਗ ਤੇ ਮੇਰੀ ਨਸਲ ਬਾਕੀ ਏ ਖਤਮ ਹੋ ਗਿਆ ਮੇਰਾ ਬਿਆਨ ਮੈਂ ਜਾਊਂਗਾ ਜਨਾਬ ਜੋ ਪੜ੍ਹਨਾ ਚਾਹੁੰਦਾ ਹੀ ਉਹ ਮੈਂ ਪੜ੍ਹ ਚੁੱਕਿਆ ਹਸਨ ਮੁਜਤਬਾ ਚੁੱਕੇ ਹਰਬੋ ਜ਼ਰਬ ਦੇ ਵਿੱਚ ਮੈਦਾਨ 'ਚ ਨਹੀਂ ਉਤਰੇ ਸਰਕਾਰ ਦੀ ਲੜਾਈ ਤਾਰੀਖ ਦੇ ਵਿੱਚ ਇੱਕ ਸਫੀਨ ਦਾ ਹਮਲਾ ਮਿਲਦਾ ਉਹ ਵੀ ਕੰਮ ਪੜਿਆ ਗਿਆ ਮਿੰਬਰ ਦੀ ਬਾਰਗਾਹ ਦੇ ਵਿੱਚੋਂ ਲੇਕਿਨ ਮੈਂ ਹਸਨ ਬਾਦਸ਼ਾਹ ਦੀ ਸ਼ੁਜਾਤ ਇੱਕ ਜੁਮਲੇ 'ਚ ਪੜ੍ਹਦਾ ਔਰ ਹੋ ਸਕਦਾ ਉੱਥੇ ਮੈਂ ਛੱਡ ਦੇਵਾਂ ਫਜ਼ਾਇਲ ਤੇ ਇਹਦੇ 'ਚ ਹੀ ਮੇਰੇ ਹਿੱਸੇ ਦੀ ਮੁਕੰਮਲ ਨੌਕਰੀ ਸਮਝਿਆ ਸ਼ੁਜਾਤ ਏ ਮੁਜਤਬਾ ਦਾ ਇੱਕ ਜੁਮਲਾ ਪੜ੍ਹਦਾ ਇੱਕ ਗੱਲ ਜ਼ਰੂਰ ਸਮਝਿਆ ਅਰਬ ਦੇ ਵਿੱਚ ਜਿਤਨੇ ਵੀ ਹਰਬੋ ਜ਼ਰਬ ਦੇ ਮਾਹਿਰ ਕਬੀਲੇ ਹਨ ਲੜਾਈ ਦੇ ਜਿਤਨੇ ਵੀ ਮਾਹਿਰ ਕਬੀਲੇ ਹਨ ਉਹ ਬਨੂ ਕਲਾਬ ਦੇ ਸ਼ਾਗਿਰਦਾਂ ਅਬਾਸ ਦੇ ਨਾਨਕਿਆਂ ਦੇ ਸ਼ਾਗਿਰਦਾਂ ਔਰ ਬਨੂ ਕਲਾਬ ਵਾਲੇ ਸਾਰੇ ਹਾਸ਼ਮੀਆਂ ਦੇ ਸ਼ਾਗਿਰਦਾਂ ਮੈਨੂੰ ਵੇਖੋ ਦੋਸਤਾਨ ਮੈਨੂੰ ਵੇਖਿਆ ਨਿਆਜ਼ੀ ਹੁਸੈਨ ਹਾਸ਼ਮੀਆਂ ਦੇ ਸ਼ਾਗਿਰਦਾਂ ਜ਼ਿਕਰ ਦੀ ਵਾਰਸਾ ਮਖਦੂਮਾ ਮੇਰੀ ਔਕਾਤ ਬਸਾਤ ਤੂੰ ਮੇਰੀ ਮਾਲਕਾ ਤੁਸੀਂ ਵਾਕਿਫ ਹੋ ਮੇਰੀ ਬੀਬੀ ਮੇਰੇ ਲਹਿਜੇ 'ਚ ਅਸਰ ਦੇਣਾ ਔਰ ਇਹਨਾਂ ਬੈਠਿਆਂ ਦੀ ਕੁਵਤ ਖਰੀਦ ਵਧਾਉਣਾ ਜੋ ਮੈਂ ਇੱਕ ਜੁਮਲੇ ਦੇ ਵਿੱਚ ਇਹਨਾਂ ਨੂੰ ਮੁਕੰਮਲ ਬਾਦਸ਼ਾਹ ਜੀ ਸ਼ੁਜਾਹਤ ਸਮਝਾ ਸਕਾਂ ਤੇ ਹੋ ਸਕਦਾ ਮੈਂ ਇੱਥੇ ਹੀ ਇਹਨਾਂ ਨੂੰ ਸਲਾਮ ਕਰਦਾ ਪਿਆ ਹੋਵਾਂ ਸਰਕਾਰ ਦੇ ਫਜ਼ਾਇਲ ਤੇ ਹੈਂ ਸਾਰੇ ਦੇ ਸਾਰੇ ਬਨੂ ਕਲਾਬ ਦੇ ਸ਼ਾਗਿਰਦਾਂ ਬਨੂ ਕਲਾਬ ਵਾਲੇ ਸਾਰੇ ਹਾਸ਼ਮੀਆਂ ਦੇ ਸ਼ਾਗਿਰਦਾਂ ਤੇ ਹਾਸ਼ਮੀਆਂ ਦੇ
इतने जवान हान कुछ गाजी दे शागिरदान ते कुछ मुस्लिम दे शागिरदान जिदा हाथ नहीं उठिया जेड़ा जवान आई ते हाथ नहीं चा सकिया उन कई मजलस सुनावा कुछ बा खुदा इयो मेरा फजाइल है इयो मसाइब है जो हन थोड़ी चलन लग पई है कुछ गाजी दे शागिरदान कुछ मुस्लिम दे शागिरदान ताकि उस बंदे हक रखे मेरा मैं आदरण ना बंदा पैर ते बह के गल सुने ओदा बड़ा जिक्र है मेरे अल वेखी तेरे सामने अब्बास जप्पे दे हाथ नहीं जुड़े हुए अकबर दे बाबे दे एक मादमी दे हाथ जुड़े हुए आ पूरे मजमे के हाथ पे बनना जे इज्जत है हसन है मुज्तबा तेरी समझ चा जावे वा तोन तईद करी जिवें लगदे कर देन ना समझ चावे ते मैं तेनू छुट्टी पे देना ना तेरे ते गिला ना शिकवा ओ सारे दे सारे बनू कलाब दे शागिरदान बनू कलाब वाले हाशमिया दे शागिरदान हाशमी सारे जवान कुछ गाजी दे शागिरदान कुछ मुस्लिम दे शागिरदान हसन मौला अपना दस्तरखान चला रहे हैं एक अरब आ गया क्या हसन तलवार ते कदीनों चलाई सिर्फ कलाम जान दे तलवार ते कदीनों चलाई दस सकना है तू कितना बड़ा शुजा है हसन फरमा रहे पूरे अरब वाले सारे बनू कलाब दे शागिरदान मेरे अल वेखना बनू कलाब दे शागिरदान बनू कलाब वाले सारे हाशमिया दे शागिरदान हाशमी सारे गाजी ते मुस्लिम दे शागिरदान ते हसन तू कितना बड़ा शुजा है सच्चा हाथ कासिम दा बाबा हवा च बुलंद करके वो हाथ सीने ते मार के याद है मेरी इज्जत वास्ते घाटे गाजी भी मेरा शागिर्द है मुस्लिम भी मेरा शागिर्द है किदे हाथ दा मालिक है मुज्तबा बुलंद करे सगी सरदार कलंदर बिस्मिल्लाह।